सत श्री अकाल जी सारयां नूं ते स्वागत है #5 डेली व्लॉग। सत श्री अकाल तां बोले क्योंकि दो जने दा कमेंट आया कहिंदा सत श्री अकाल नहीं सत श्री अकाल हुंदा। कोई गल नहीं, फिर भी आपां कमियां दूर ही करनी है ना। सत श्री अकाल जी सारयां नूं ते स्वागत है नवें व्लॉग दे विच। तरीक हो गई 5, पंजवां व्लॉग है। फिर अपना पेपर भाई चलदे आ पेपर देण। ये है भाजी पहले ते आ दूजा आशीष ते रजनीश। मैं डेली पेपर देना तीजा वो आ गया जाए है सोई गर्ग बैठ। चौथा बंदा भाजी आ मानव जग्गा जी। ਸਾਡੇ ਦੋਵਾਂ ਦਾ ਹੋ ਗਿਆ ਡਨ ਤੇ ਇਹ ਹਲੇ ਕਰੀ ਜਾਂਦੇ ਤੇ ਟਾਈਮ ਭਾਜੀ 2 ਕੁ ਵਜ ਕੇ ਬਸ ਥੋੜੀ ਦੇਰ ਕਰਕੇ ਚਲਦੇ ਆਂ ਕਰਾਂਗੇ। ਓਕੇ ਭਾਜੀ ਘਰੇ ਚੱਲੇ ਆਂ, ਫੋਨ ਨੂੰ ਲਾਵਾਂਗੇ ਚਾਰ ਕਿਉਂਕਿ ਜਮਾਂ ਬੈਟਰੀ ਲੋ ਹੋ ਗਈ। ਫੋਨ 'ਚ ਵੀ ਪੇਪਰ ਕਰਨਾ ਹੁੰਦਾ ਨਾ। ਘਰੇ ਆਇਆ, ਰੋਟੀ ਰੋਟੀ ਖਾਧੀ, ਰੋਟੀ ਤੋਂ ਬਾਅਦ ਵੇਖਿਆ ਆਪਣਾ ਪਾਰਸਲ ਆਇਆ ਪਿਆ। ਇੱਧਰੋਂ ਵੇਖੋ, ਉੱਧਰ ਐਡਰੈਸ ਹੈ ਮੇਰਾ। ਇਹਦੇ 'ਚ ਹੈਗੀਆਂ 2 ਟੀ-ਸ਼ਰਟਾਂ, ਇੱਕ ਮੇਰੀ ਵੱਡੇ ਭਰਾ ਡਾਊਨ ਸ਼ੋਲਡਰ ਮੰਗਵਾਈਆਂ ਸੀ ਨਾ, ਜਿਵੇਂ ਟਰੈਂਡ ਚੱਲਿਆ ਪਿਆ ਡਾਊਨ ਸ਼ੋਲਡਰ ਦਾ, ਅਤੇ ਮੈਂ ਕਿਹਾ ਆਪਾਂ ਵੀ ਮੰਗਵਾ ਹੀ ਲਈਏ ਜੀਜਾ ਜੀ, ਤਾਂ 1-2 ਹੋਰ ਮੰਗਾਵਾਂਗੇ। ਫਿਰ ਇੱਥੋਂ ਲੈਣ ਦਾ ਕੋਈ ਫਾਇਦਾ ਨਹੀਂ, ਇੱਥੇ ਮਹਿੰਗੀ ਲਾਉਂਦੇ। ਇਹ ਮੈਂ ਪਾ ਕੇ ਵੇਖੂੰਗਾ, ਜੇ ਵਧੀਆ ਲੱਗੀ ਤਾਂ ਅੱਜ ਹੀ ਆਪਾਂ ਪਾ ਦੇਣੀ ਹੈ। ਪੱਲ ਮੁੰਡੇ ਨੇ ਕਢਾ ਲਈ ਨਵੀਂ ਸਕੂਟਰੀ, ਬਹੁਤ ਬਹੁਤ ਮੁਬਾਰਕਾਂ ਜੀ। ਡੱਬਾ ਵੀ ਲਈ ਜਾਂਦੇ ਨਾਲ, ਸ਼ੰਭੂ ਦੀ ਦੁਕਾਨ ਸੀ ਅਤੇ ਇੱਕ ਡੱਬਾ ਲੈ ਜਾਂਦੇ। ਆਹ ਭਾਜੀ ਹੋਰੀ ਤੁਹਾਨੂੰ ਵੇਖ ਕੇ ਖੁਸ਼ ਹੋ ਜਾਂਦੇ। ਹੈਲੋ ਜੀ ਅਰਚੀਤ ਜੀ, ਨਵੀਂ ਕਢਾ ਲਈ ਇਹਨੇ, ਸੋਹਣੀ ਹੈ ਹੈਂ, ਲੈਣੀ ਤੁਸੀਂ ਵੀ? ਚੱਲ ਆ ਯਾਰ ਇਹਨਾਂ ਦੀ ਰੱਖ, ਤੂੰ ਨਵੀਂ ਲੈ ਲੈ। ਚੱਲ ਚੱਲ ਬਸ ਚੱਲੀ ਜਾਂਦੀ ਹੈ ਗਈ। ਚੱਲ ਡਰੀ ਕਿਉਂ ਜਾਂਦਾ? ਹਰ ਮਾਰ ਆਪਾਂ ਕੋਈ ਨਵੀਂ ਨਵੀਂ ਨਹੀਂ ਲਿੱਤੀ, ਮੈਂ ਤਾਂ ਮਜ਼ਾਕ ਕਰੀ ਜਾਂਦਾ ਸੀ। ਇਹ ਤਾਂ ਇਹਨਾਂ ਨੇ ਕੰਮ ਕੀਤਾ, ਸਕੂਟਰੀਆਂ ਸਕਾਟਰੀਆਂ ਦਾ ਦੁਕਾਨ 'ਤੇ ਰੱਖ ਲਈ। ਪਹਿਲਾਂ ਇਹਨਾਂ ਦੀ ਇਲੈਕਟ੍ਰੋਨਿਕ ਸ਼ੋਪ ਸੀ ਨਾ, ਅਤੇ ਹੁਣ ਇਹਨਾਂ ਨੇ ਆਹ ਵੀ ਰੱਖ ਲਈ ਇਲੈਕਟ੍ਰੋਨਿਕ। ਕਹਿੰਦੇ ਆਹ ਵੀ ਗਾਹ ਪਾ ਦੀਏ ਨਾ ਫਿਰ ਮੰਡੀ 'ਚ। ਜਿਨ੍ਹਾਂ ਨੇ ਲੈਣੀ ਹੋਈ ਕੰਟੈਕਟ ਕਰਿਓ, ਮੈਂ ਨੰਬਰ ਇੱਥੇ ਮੈਨਸ਼ਨ ਕਰਦਾ। ਮਲੋਟ ਸ਼ਹਿਰ 'ਚ ਜਿੰਨੇ ਵੀ ਲੈਣੀ ਹੋਈ, ਅਤੇ ਆਪਣੇ ਭਾਜੀ ਹੋਰਾਂ ਨੇ ਵੀ ਰੱਖ ਲਈਆਂ। ਸ਼ਿਵਾ ਰੈਫਰਿਜਰੇਟਰ ਜੇ ਮਾਡਲ ਵੀ ਹੈਗੇ, ਜਿਹੜੇ 2-3 ਹੋਰ ਮਾਡਲ ਇਲੈਕਟ੍ਰੋਨਿਕ 'ਚ ਹੈਗੇ ਉਹ ਵੀ ਹੈਗੇ ਆ। ਬਾਕੀ ਮੈਂ ਫੋਟੋ ਪਾਊਂਗਾ 2-3, ਚੈੱਕ ਕਰ ਲਿਓ ਅਤੇ ਨਾਲੇ ਨੰਬਰ ਮੈਨਸ਼ਨ ਕਰੂੰਗਾ ਭਾਜੀ ਹੋਰ ਦਾ, ਫੋਨ ਕਰਕੇ ਆਇਓ ਜਦੋਂ ਮਰਜ਼ੀ। ਓਕੇ ਰਿਪੋਰਟ ਚੀਜ਼ ਹੈ ਭਾਜੀ, ਮੈਂ ਚਲਾਈ, ਮੈਨੂੰ ਤਾਂ ਹੋਰ ਜੀ ਲੱਗੀ ਜਾਂਦੀ ਸੀ ਕਿਉਂਕਿ ਨਵੀਂ ਚੀਜ਼ ਚਲਾਈ ਹੈ ਨਾ। ਮਿੱਤਰੋ ਅੱਜ ਦਾ ਵਲੋਗ ਹੋ ਗਿਆ ਲੇਟ, 7 ਵਜੇ ਪਾ ਕੇ ਹਟਿਆ, ਹੁਣੇ 7:00 ਹੈ। ਕਿਉਂਕਿ ਲੇਟ ਤਾਂ ਹੋ ਗਿਆ ਕਿਉਂਕਿ ਮੈਂ ਪੇਪਰ ਦੇ ਕੇ ਆਈ 3:00, ਫੋਨ ਦੀ ਬੈਟਰੀ ਲੋਅ ਸੀਗੀ, ਉਹਨੂੰ ਚਾਰਜ ਲਾਇਆ, ਪਹਿਲਾਂ 4 ਵਜੇ ਤੱਕ ਚਾਰਜ ਲਾਇਆ ਅਤੇ ਫਿਰ ਉਹਨੂੰ ਡਿਟ ਕੀਤਾ, ਕਰਦੇ ਕਰਾਉਂਦੇ ਮੈਨੂੰ ਵੱਜ ਗਏ 6, ਫਿਰ ਉਹਨੂੰ ਅਪਲੋਡਿੰਗ ਦੇ ਟਾਈਮ ਲੱਗ ਗਿਆ, ਤਾਂ ਕਰਕੇ ਅੱਜ ਦਾ ਵਲੋਗ ਲੇਟ ਹੋ ਗਿਆ। ਅਤੇ 7:00 ਨਹਾਉਣ ਤੋਂ ਨਾ ਹੋ ਗਿਆ ਡਨ, ਚਾਹ ਵੀ ਡਨ। ਚਲਦੇ ਆਪਾਂ ਬਾਜ਼ਾਰ, ਮੰਮੀ ਨੂੰ ਥੋੜ੍ਹਾ ਸਮਾਨ ਲਿਆ ਕੇ ਦੇਣਾ ਮਸ਼ੀਨ ਦਾ। ਰਹੀ ਗੱਲ ਟੀ ਸ਼ਰਟ ਦੀ, ਟੀ ਸ਼ਰਟ ਮੈਨੂੰ ਆਈ ਖੁੱਲੀ, ਵੈਸੇ ਹੁੰਦੀਆਂ ਤਾਂ ਖੁੱਲੀਆਂ ਹੀ ਆ ਪਰ ਮੈਨੂੰ ਥੋੜ੍ਹੀ ਜ਼ਿਆਦਾ ਖੁੱਲੀ ਹੈ। ਚਲੋ ਇੱਕ ਵਾਰੀ ਸਾਂਭ ਦਿੰਦੇ ਹਾਂ, ਜੇ ਥੋੜ੍ਹੇ ਕੁ ਦੇਰ ਬਾਅਦ ਮੋਟੇ ਹੋ ਗਏ ਜਾਂ ਸਰੀਰ ਮਾੜਾ ਮੋਟਾ ਬਾਹਰ ਨਿਕਲਿਆ, ਜਿੰਮ ਵੀ ਲੱਗਣਾ ਨਾ, ਮੈਂ ਕਿਹਾ ਰੱਖ ਦਿੰਦੇ ਇੱਕ ਵਾਰੀ ਥੋੜ੍ਹੀ ਦੇਰ ਬਾਅਦ, ਉਵੇਂ ਨਹੀਂ ਕਹੀ ਨਾ ਮਤਲਬ 6-7 ਮਹੀਨਿਆਂ ਬਾਅਦ ਜਾਂ ਅਗਲੇ ਸਾਲ, ਐਵੇਂ ਕਹੀ ਜਾਂਦਾ। ਅਤੇ ਚੱਲਦੇ ਹਾਂ ਬਾਜ਼ਾਰ, ਬਾਜ਼ਾਰ ਜਾਣਾ ਹੈ ਪਰ ਵਹੀਕਲ ਲੈਣੀ ਗਾ। ਅਤੇ ਇਹ ਮੇਰਾ ਭਰਾ ਸਹੀ ਮੈਦਾਨ ਸਮਝ ਗਿਆ ਫੀਲਿੰਗ ਨੂੰ, ਕਹਿੰਦਾ ਡੇਲੀ ਵਲੋਗ ਬਣਾਉਣੇ ਔਖੇ ਹੈ, ਕਹਿੰਦਾ ਡੇਲੀ ਕਿੱਥੇ ਕਿੱਥੇ ਜਾਏਗਾ ਤੂੰ। ਵੈਰੀ ਗੁੱਡ ਬ੍ਰੋ, ਸਹੀ ਗੱਲ। ਮੈਂ ਕਿਸੇ ਨਾਲ ਜਾਊਂਗਾ, ਉਹ ਫਾਈਨਲੀ 10-12 ਮਿੰਟ ਦੀ ਵੇਟ ਤੋਂ ਬਾਅਦ ਆਏ ਵਹੀਕਲ ਲੈ ਕੇ ਸਾਡੇ ਗੋਲਾ ਤੇ ਰਿਧੂ ਵੀ। ਚਲੋ ਬਾਜ਼ਾਰ ਜਾਣਾ ਵੀਰੇ, ਕਦੋਂ ਦਾ ਖੜਾ ਮੈਂ, ਮੋਹਣੇ ਨੂੰ ਬੁਲਾਇਆ ਉਹ ਕਹਿੰਦਾ ਮੈਨੂੰ ਕੰਮ ਹੈਗਾ। ਚਲਾਓਗੇ ਤੁਸੀਂ ਵੀਰ? ਜਿਸ ਕਾ ਕਾਮ ਉਸੀ ਕੋ ਸਾਜੇ, ਸਹੀ ਹੈ, ਯਾਦ ਰੱਖੀ। ਸਮਾਨ ਡਨ ਭਾਜੀ, ਇਹ ਤਾਂ ਕੀ ਜਮਾ ਕਰਾਣ, ਇਹਨਾਂ ਨੇ ਹਵਾ ਲੈਣੀ ਆਏ ਆ। ਗੇਟ ਬੰਦ ਕਰ ਜਲਦੀ, ਕੂਲਿੰਗ ਨਿਕਲ ਜੂ, ਗੇਟ ਬੰਦ ਕਰਦੇ ਜਲਦੀ ਜਲਦੀ, ਗੇਟ ਬੰਦ ਕਰ ਲਈ ਜਲਦੀ। ਇਹ ਮੁੰਡੇ ਨੇ ਕਰਾਣੇ ਪੈਸੇ ਜਮਾ, ਜੇ ਆਪਾਂ ਆਏ HDFC ਦੇ ਕੈਸ਼ ਡਿਪੋਜ਼ਿਟ ਵਾਲੀ ਮਸ਼ੀਨ ਕੋਲ, ਇਹ ਕਰਾਣਗੇ ਪੈਸੇ ਜਮਾ ਭਾਜੀ। ਹਾਂਜੀ ਵੀਰ ਜੀ, ਹਾਂਜੀ ਵੀਰ, ਖੁਦ ਹੀ ਨਹੀਂ ਆਈ ਇਹਨੇ, ਕਿੱਥੋਂ ਆਈ? ਚੱਲੀ ਨਹੀਂ ਜਾਂਦਾ ਯਾਰ, ਚੱਲ ਕੋਈ। ਹਾਂਜੀ ਚਾਹ ਹੀ ਬਹੁਤ ਹੈ ਵਿੱਚ ਪਾਉਂਦਾ ਵੈਸੇ।
ਕੀ ਕਰੀ ਨਾ ਅਰੇ ਯਾਰ ਟੱਚ ਦਾ ਸਵਾਦ ਲਈ ਜਾਂਦੇ ਸਾਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੈਸ਼ ਜਮਾ ਕਰਨ ਲਈ ਆਵਾਂਗੇ ਫਿਰ ਕਦੀ ਮਸਾ ਹੀ ਲੈ ਕੇ ਆਇਆ ਸਕੂਟਰੀ ਹੈ ਫਿਰ ਇਹ ਜਦੋਂ ਘਰੇ ਜਾਂਦਾ ਨਾ ਸਕੂਟਰੀ ਲੈਣ ਸਾਨੂੰ ਉਮੀਦ ਨੀ ਹੁੰਦੀ ਵੀ ਇਹ ਸਕੂਟਰੀ ਲਿਆਊਗਾ ਪਰ ਅੱਜ ਲੈ ਹੀ ਆਇਆ ਮੈਂ ਮੋਟਰਸਾਈਕਲ ਟਾਈਮ ਹੋ ਗਿਆ ਭਾਜੀ 10:15 ਦਾ ਤੇ ਇੱਧਰ ਚਾਵਲਾਂ ਦਾ ਆਨੰਦ ਲਿੱਤਾ ਜਾ ਰਿਹਾ ਨਾਲ ਫਰਾਟੇ ਦੀ ਹਵਾ ਤੇ ਨਾਲ ਖੁੱਲੀ ਹਵਾ ਦੀ ਹਵਾ ਲਿੱਤੀ ਜਾ ਰਹੀ ਨਾਲ ਤੇ ਸ਼ਾਮ ਨੂੰ ਉਹਨਾਂ ਦੇ ਨਾਲ ਜਦੋਂ ਜ਼ਿਆਦਾ ਵਲੋਗ ਬਣਾਇਆ ਨਹੀਂ ਗਿਆ ਕਿਉਂਕਿ ਅੱਜ ਕੋਈ ਖਾਧਾ ਪੀਤਾ ਨਹੀਂ ਗਾ ਅਤੇ ਥੋੜ੍ਹੀ ਦੇਰ ਆਪਾਂ ਥੋੜ੍ਹੀ ਦੇਰ ਬਾਅਦ ਸੈਰ 'ਤੇ ਚੱਲਾਂਗੇ ਸਾਡੇ ਸਈਮ ਵੀਰ ਕਹਿੰਦੇ ਮੈਨੂੰ ਵੀ ਬਾਹਰ ਦਿਓ ਚਾਵਲ ਕਹਿੰਦਾ ਮੈਂ ਵੀ ਬਾਹਰ ਦੀ ਹਵਾ ਲੈਣੀ ਹੈ ਸਹੀ ਗੱਲ ਹੈ ਨਾ ਵੀਰ ਜੀ ਹੋਰ ਕੋਈ ਗੱਲ ਸੁਣਾਉਣਾ ਚਾਹੋਗੇ ਸਾਡੇ ਸਬਸਕ੍ਰਾਈਬਰ ਨੂੰ ਫਿਰ ਵੀ ਕੋਈ ਦਿਲ ਦੀ ਗੱਲ ਹੁੰਦੀ ਹੈ ਬੋਲ ਵੀਰ ਸੰਘਿਆ ਨਾ ਗਾ ਰਹੀ ਯਾਰ ਸਾਰੇ ਆਪਣੇ ਬੰਦੇ ਹੀ ਹੈ ਸੈਰ ਕਰਨ ਲਈ ਸੰਗਤਾਂ ਆ ਗਈਆਂ ਆਪਣੀਆਂ ਆ ਗਈਆਂ ਸੰਗਤਾਂ ਛੱਕੇ ਫੁਲਕਾ ਲੰਗਰ ਪਾਣੀ ਹੋ ਗਿਆ ਸਭ ਦਾ ਤੇ ਆਪਾਂ ਚੱਲਦੇ ਹਾਂ ਸੈਰ ਤੇ ਗੋਤਾ ਰੋਡ ਵੀ ਦੇ ਦਿਓ ਤੁਰਦੇ ਘੱਟ ਹੈ ਤੇ ਬਹਿੰਦੇ ਜ਼ਿਆਦਾ ਵੀਰ ਤਾਂ ਨਾ ਐਡਾ ਇਹ ਆਪਦੇ ਸਰੀਰ ਦੇ ਹਿਸਾਬ ਨਾਲ ਤੁਰਦਾ ਨਾ ਹੋਰ ਸਾਨੂੰ ਘਰੇ ਚੱਕ ਕੇ ਲਿਜਾਣਾ ਪਵੇ ਜਲਦੀ ਤੈਨੂੰ ਗਈ ਨਾ ਪਹਿਲੇ ਨੰਬਰ ਵਾਲੇ ਨੂੰ ਹੈਗਾ ਕਿਸੇ 'ਚ ਦਮ ਜਿਹੜਾ ਤਾਰ ਨੂੰ ਹੱਥ ਲਾ ਸਕਦਾ ਆਹ ਵਾਲੀ ਨੂੰ ਬੋਲੋ ਹੈਗਾ ਦਮ ਕਿਸੇ 'ਚ ਹੈ ਨਹੀਂ ਸ ਇਹ ਤਾਂ ਜੱਟ ਨੂੰ ਨਹੀਂ ਲਾ ਸਕਦੇ ਇਕੱਲੇ ਹੋਰ ਕੋਈ ਨਹੀਂ ਲਾ ਸਕਦਾ ਅੱਜ ਦੀ ਤੁਹਾਨੂੰ ਦੱਸਦਾ ਇੱਕ ਗੱਲ ਅਸੀਂ ਚੱਲੇ ਸੀ ਦੋਵੇਂ ਵਹੀਕਲਾਂ 'ਤੇ ਅਸੀਂ ਬਾਈਕ 'ਤੇ ਅਤੇ ਰਿਦੂ ਸੀ ਸਕੂਟਰੀ 'ਤੇ ਇੱਕ ਇੱਕ ਜਣੇ ਦੋਵਾਂ ਦੇ ਮਗਰ ਬੈਠਾ ਸੀ ਹੈ ਨਾ ਪਿੱਛੋਂ ਇੱਕ ਆਇਆ ਵਾਰੀ ਵਾਰੀ ਹਾਰਨ ਮਾਰੀ ਜਾਵੇ ਸਾਨੂੰ ਤਾਂ ਐਂ ਸੀ ਮਤਲਬ ਵੀ ਸਾਨੂੰ ਕੋਈ ਬੁਲਾਉਂਦਾ ਹੈ ਜਾਣ ਕੇ ਕੁਛ ਕਰਦਾ ਹੈ ਅਤੇ ਜਦੋਂ ਅਸੀਂ ਗਲੀ ਮੁੜ ਕੇ ਅੱਗੇ ਆਏ ਨਾ ਅੱਗੇ ਜਾ ਕੇ ਮਤਲਬ ਇਹਨੇ ਕਿਹਾ ਵੀ ਮੁੰਡਾ ਬੋਲਣ ਲੱਗਾ ਕਹਿੰਦਾ ਤੁਸੀਂ ਰਾਹ ਨਹੀਂ ਦੇ ਸਕਦੇ ਇਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਅਤੇ ਮੈਂ ਅੰਕਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਸਾਈਡ ਦਿੱਤੀ ਤਾਂ ਅਤੇ ਮੁੰਡਾ ਕਹਿੰਦਾ ਮੇਰੇ ਨਾਲ ਗੱਲ ਕਰ ਔਖਾ ਹੋ ਗਏ ਮੈਂ ਅੰਕਲ ਨੂੰ ਕੀ ਗੱਲ ਕਹੀਏ ਤੁਸੀਂ ਇਹ ਤਾਂ ਵੇਖ ਲਓ ਬਸ ਬਾਕੀ ਗੱਲ ਦੱਸਾਂਗੇ ਮਿਲਾ ਕੇ ਗੱਲ ਇਹ ਸੀ ਲੜਨ ਲੱਗ ਗਿਆ ਸਾਡੇ ਨਾਲ ਵੀ ਹਵਾ ਕਰਦਾ ਸੀ ਵੱਡੇ ਹੋਣ ਦੀ ਸਾਡੇ ਮੂੰਹ ਵਿਖਾਇਆ ਜੋਸ਼ ਕਹਿੰਦਾ ਤੂੰ ਹੱਥ ਨਾ ਪਾ ਲਈ ਤੂੰ ਕਿਸੇ ਨੂੰ ਤੇ ਬਸ ਆਹੀ ਗੱਲ ਸੀ ਯਾਰ ਮੈਂ ਸਾਰੀ ਤੁਹਾਨੂੰ ਕੀ ਦੱਸਣੀ ਹੈ ਨਾ ਗਾਲੋ ਗਾਲੀ ਵੀ ਹੋਣ ਲੱਗੇ ਸੀ ਬਸ ਬੱਚਤ ਹੋ ਗਈ ਹੱਥੋਂ ਪੱਖੀ ਹੋਣ ਲੱਗੇ ਦੋਨੇ ਹੋਣ ਲੱਗੇ ਜੀ ਚੱਲੇ ਹੁਣ ਬਸ ਘਰੇ ਅਤੇ ਮਿਲਦੇ ਹਾਂ ਭਾਅ ਜੀ ਨੈਕਸਟ ਵਲੋਗ ਦੇ ਵਿੱਚ ਇੱਥੇ ਹੀ ਕਰਦੇ ਹਾਂ ਵਲੋਗ ਦਾ ਐਂਡ 5ਵਾਂ ਵਲੋਗ ਖਤਮ ਹੋ ਗਿਆ 6ਵੇਂ 'ਚ ਮਿਲਦੇ ਹਾਂ ਆਪਾਂ